ਇਸਲਾਮਾਬਾਦ ਤੋਂ ਡੈਨਿਕ ਸਵੇਰਾ ਟੀਵੀ ਨਾਲ ਮੈਂ ਹਾਂ ਹਰਮੀਤ ਸਿੰਘ। ਇਸ ਵੇਲੇ ਅਸੀਂ ਵੇਖ ਰਹੇ ਹਾਂ ਕਿ ਜਿਸ ਤਰ੍ਹਾਂ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਖੁਲਬੁਲੀ ਮਚਾਈ ਹੈ, ਪੂਰੀ ਦੁਨੀਆ ਵਿੱਚ ਇੱਕ ਖੌਫ ਦਾ ਇੱਕ ਹੂ ਦਾ ਆਲਮ ਆ। ਇਸ ਵੇਲੇ ਅਸੀਂ ਗੱਲ ਕਰੀਏ ਪਾਕਿਸਤਾਨ ਦੀ, ਅਤੇ ਪਾਕਿਸਤਾਨ ਵਿੱਚ ਵੀ ਕਰੋਨਾ ਵਾਇਰਸ ਦਾ ਖੌਫ ਜਿਹੜਾ ਹੈ ਉਹ ਪੂਰਾ ਕੋਨੇ ਕੋਨੇ ਤੱਕ ਫੈਲਿਆ ਹੋਇਆ ਹੈ। ਅਸੀਂ ਵੇਖ ਰਹੇ ਹਾਂ ਕਿ ਇਸ ਵੇਲੇ ਕਰੋਨਾ ਵਾਇਰਸ ਦਾ ਸ਼ਿਕਾਰ ਅਗਰ ਕੋਈ ਹੈ ਤਾਂ ਉਹ ਸਿਰਫ ਅਤੇ ਸਿਰਫ ਇਨਸਾਨ ਹੀ ਹਾਂ। ਅਸੀਂ ਵੇਖ ਰਹੇ ਕਿ ਜਾਨਵਰ ਇਸ ਤੋਂ ਕਾਫੀ ਦੂਰ ਅਤੇ ਮਹਿਫੂਜ਼ ਨਜ਼ਰ ਆ ਰਹੇ ਨੇ। ਲੇਕਿਨ ਇਸ ਵੇਲੇ ਅਸੀਂ ਗੱਲ ਕਰੀਏ ਪਾਕਿਸਤਾਨ ਵਿੱਚ ਕੇਸਿਸ ਦੀ ਜਿਹੜੀ ਰਿਪੋਰਟ ਹੈ ਉਸ ਵਿੱਚ ਅਸੀਂ ਵੇਖ ਰਹੇ ਹਾਂ ਕਿ ਇਜ਼ਾਫਾ ਜਿਹੜਾ ਦਿਨ ਬ ਦਿਨ ਇਜ਼ਾਫਾ ਹੋ ਰਿਹਾ ਹੈ। ਇਸ ਵੇਲੇ ਪੂਰੇ ਪਾਕਿਸਤਾਨ ਵਿੱਚ ਤਕਰੀਬਨ ਜਿਹੜੇ ਰਿਪੋਰਟ ਸਾਡੇ ਸਾਹਮਣੇ ਆ ਉਸ ਦੇ ਮੁਤਾਬਿਕ ਸਭ ਤੋਂ ਜ਼ਿਆਦਾ ਮੁਤਾਸਰਾ ਸੂਬਾ ਇਸ ਵੇਲੇ ਪੰਜਾਬ ਨਜ਼ਰ ਆ ਰਿਹਾ। ਪੰਜਾਬ ਵਿੱਚ ਤਕਰੀਬਨ 1072 ਜਿਹੜੇ ਰਿਪੋਰਟ ਕੀਤੇ ਗਏ ਨੇ ਕੇਸ ਕਰੋਨਾ ਵਾਇਰਸ ਦੇ ਸਾਹਮਣੇ ਸਾਡੇ 'ਚ ਆ ਚੁੱਕੇ ਨੇ। ਦੂਜਾ ਸੂਬਾ ਜਿਹੜਾ ਹੈ ਸੂਬਾ ਸਿੰਨਾ, 838 ਕੇਸਿਸ ਜਿਹੜੇ ਹਨ ਉਹ ਰਿਪੋਰਟ ਹੋਏ ਨੇ ਸਿੰਨ ਦੇ ਹਵਾਲੇ 'ਤੇ। ਨਾਲ ਨਾਲ ਅਸੀਂ ਗੱਲ ਕਰੀਏ ਤੀਸਰੀ ਪੋਜੀਸ਼ਨ ਜਿਹੜੀ ਹੈ ਉਹ ਖੈਬਰ ਪਖਤੂਨਖਵਾ ਦੀ ਹੈ। ਖੈਬਰ ਪਖਤੂਨਖਵਾ ਵਿੱਚ ਤਕਰੀਬਨ 343 ਕੇਸਿਸ ਜਿਹੜੇ ਹਨ ਉਹ ਸਾਹਮਣੇ ਆ ਚੁੱਕੇ ਨੇ। ਇਸ ਵੇਲੇ ਅਸੀਂ ਗੱਲ ਕਰੀਏ ਗਿਲਗਿਤ ਬਲਤਿਸਤਾਨ ਦੀ, ਅਤੇ 197 ਕੇਸਿਸ ਰਿਪੋਰਟ ਹੋਏ ਨੇ। ਸਭ ਤੋਂ ਘੱਟ ਸੂਬਾ ਜਿਹੜਾ ਹੈ ਇਸ ਵੇਲੇ ਸਾਨੂੰ ਨਜ਼ਰ ਆਉਂਦਾ ਉਹ ਆ ਬਲੋਚਿਸਤਾਨ। ਬਲੋਚਿਸਤਾਨ ਵਿੱਚ ਅਸੀਂ ਵੇਖ ਰਹੇ ਕਿ ਪਿਛਲੇ 48 ਘੰਟਿਆਂ ਤੋਂ ਜਿਹੜੀ ਰਿਪੋਰਟ ਸਾਡੇ ਸਾਹਮਣੇ ਆਈ ਸੀ 169 ਕਰੋਨਾ ਵਾਇਰਸ ਦੀ ਰਿਪੋਰਟ ਜਿਹੜੀ ਸਾਹਮਣੇ ਆਈ ਸੀ ਸਾਡੇ ਸਾਹਮਣੇ, ਅੱਜ ਵੀ ਉਹੀ ਰਿਪੋਰਟ ਉਹੀ ਆ। 169 ਪੇਸ਼ੈਂਟ ਅੱਜ ਵੀ ਤਕਰੀਬਨ ਕਰੋਨਾ ਵਾਇਰਸ 'ਤੇ ਜਿਹੜੀ ਰਿਪੋਰਟ ਸਾਡੇ ਸਾਹਮਣੇ ਆ ਬਲੋਚਿਸਤਾਨ ਦੀ। ਨਾਲ ਨਾਲ ਅਸੀਂ ਗੱਲ ਕਰੀਏ ਕਸ਼ਮੀਰ ਦੀ, ਤਾਂ ਕਸ਼ਮੀਰ ਵਿੱਚ ਤਕਰੀਬਨ 3 ਤੋਂ ਵੱਧ ਕੇਸਿਸ ਜਿਹੜੇ ਸਾਹਮਣੇ ਆ ਚੁੱਕੇ ਨੇ। ਲੇਕਿਨ ਨਾਲ ਨਾਲ ਅਸੀਂ ਗੱਲ ਕਰੀਏ ਇਸਲਾਮਾਬਾਦ ਦੀ, ਅਤੇ ਇਸਲਾਮਾਬਾਦ ਵਿੱਚ ਅਸੀਂ ਇਸ ਵੇਲੇ ਵੇਖ ਰਹੇ ਹਾਂ ਕਿ ਇਸਲਾਮਾਬਾਦ ਵਿੱਚ ਵੀ ਕਰੋਨਾ ਵਾਇਰਸ ਕੰਟਰੋਲ ਨਹੀਂ ਹੋ ਰਿਹਾ। ਤਕਰੀਬਨ 72 ਕੇਸ ਜਿਹੜੇ ਹਨ ਉਹ ਰਿਪੋਰਟ ਹੋ ਚੁੱਕੇ ਨੇ ਇਸਲਾਮਾਬਾਦ ਵਿੱਚ। ਮਜਮੂਈ ਸੂਰਤ ਹਾਲ ਕੁਛ ਇਸ ਤਰ੍ਹਾਂ ਹੈ ਕਿ ਸਾਰੇ ਪਾਕਿਸਤਾਨ ਵਿੱਚ ਤਕਰੀਬਨ 2708 ਕੇਸਿਸ ਜਿਹੜੇ ਹਨ ਉਹ ਰਿਪੋਰਟ ਕੀਤੇ ਗਏ ਨੇ ਪੂਰੇ ਪਾਕਿਸਤਾਨ ਵਿੱਚ। ਮੈਂ ਹਲਾਕਤਾਂ ਦੀ ਗੱਲ ਕਰਾਂ, ਡੈਥ ਦੀ ਗੱਲ ਕਰਾਂ, ਤਾਂ ਇਸ ਵੇਲੇ ਸੂਬਾ ਸਿੰਨ ਉਸ ਵਿੱਚ ਤਕਰੀਬਨ 14 ਬੰਦਿਆਂ ਦੀ ਡੈਥ ਹੋ ਚੁੱਕੀ ਆ। ਨਾਲ ਨਾਲ ਅਸੀਂ ਬਲੋਚਿਸਤਾਨ ਦੀ ਗੱਲ ਕਰੀਏ, ਬਲੋਚਿਸਤਾਨ ਵਿੱਚ ਹਾਲੇ ਕੋਈ ਡੈਥ ਜਿਹੜੀ ਹੈ ਰਿਪੋਰਟ ਸਾਹਮਣੇ ਨਹੀਂ ਆਈ। ਲੇਕਿਨ ਪੰਜਾਬ ਵਿੱਚ 11 ਲੋਕਾਂ ਦੀ ਡੈਥ ਹੋ ਚੁੱਕੀ ਆ। ਖੈਬਰ ਪਖਤੂਨਖਵਾ ਵਿੱਚ ਵੀ 11 ਲੋਕਾਂ ਦੀ ਡੈਥ ਹੋ ਗਈ ਹੈ। ਗਿਲਗਿਤ ਬਲਤਿਸਤਾਨ ਵਿੱਚ 3, ਅਤੇ ਆਜ਼ਾਦ ਕਸ਼ਮੀਰ ਵਿੱਚ 1 ਬੰਦੇ ਦੀ ਡੈਥ ਕਰੋਨਾ ਵਾਇਰਸ ਤੋਂ ਹੋ ਚੁੱਕੀ ਹੈ। ਪੂਰੇ ਪਾਕਿਸਤਾਨ ਵਿੱਚ ਅਸੀਂ ਵੇਖ ਰਹੇ ਹਾਂ ਕਿ ਇਸ ਵੇਲੇ 35 ਲੋਕ ਜਿਹੜੇ ਹਨ ਉਹ ਜ਼ਿੰਦਗੀ ਦੀ ਬਾਜ਼ੀ ਹਾਰ ਚੁੱਕੇ ਹਨ। ਇਸ ਵੇਲੇ ਉਹਨਾਂ ਦੀ ਕਨਫਰਮ ਜਿਹੜੀ ਡੈਥ ਸਾਨੂੰ ਸਾਡੇ ਸਾਹਮਣੇ ਰਿਪੋਰਟ ਆ ਉਹ ਹੈ 35 ਬੰਦਿਆਂ ਦੀ, ਅਤੇ 129 ਬੰਦੇ ਜਿਹੜੇ ਹਨ ਉਹ ਉਹਨਾਂ ਦੀ ਰਿਕਵਰੀ ਹੋ ਚੁੱਕੀ ਆ, ਸਿਹਤਯਾਬ ਹੋ ਕੇ ਉਹ ਵਾਪਸ ਆਪਣੇ ਘਰ ਚਲੇ ਗਏ ਨੇ। ਲੇਕਿਨ ਅਸੀਂ ਇਸ ਵੇਲੇ ਗੱਲ ਕਰੀਏ ਪੂਰੇ ਪਾਕਿਸਤਾਨ ਵਿੱਚ ਜਿਹੜੀ ਸਿਚੁਏਸ਼ਨ ਹੈ, ਹਕੂਮਤ ਨੇ ਤਕਰੀਬਨ ਮੁਖਤਲਿਫ ਸੂਬਿਆਂ ਵਿੱਚ ਕਰੰਟੀਨਾ ਸੈਂਟਰ ਕਾਇਮ ਕੀਤੇ ਨੇ। ਨਾਲ ਨਾਲ ਅਸੀਂ ਗੱਲ ਕਰੀਏ ਪੰਜਾਬ ਵਿੱਚ 449 ਜਿਹੜੇ ਹਸਪਤਾਲ ਨੇ ਉਸ ਵਿੱਚ ਅਰਜ਼ੀ ਕਰੰਟੀਨਾ ਸੈਂਟਰ ਕਾਇਮ ਕੀਤੇ ਨੇ। ਨਾਲ ਨਾਲ ਇਸ ਵੇਲੇ ਅਸੀਂ ਵੇਖ ਰਹੇ ਕਿ ਅਰਜ਼ੀ ਹਸਪਤਾਲ ਦਾ ਜਿਹੜਾ ਸਿਲਸਿਲਾ ਹੈ ਮੁਖਤਲਿਫ ਸੂਬਿਆਂ ਵਿੱਚ 1000 ਬਿੱਡ ਦੇ ਜਿਹੜੇ ਹਸਪਤਾਲ ਨੇ ਅਰਜ਼ੀ ਹਸਪਤਾਲ ਉਹ ਵੀ ਕਾਇਮ ਕੀਤੇ ਜਾ ਰਹੇ ਨੇ। ਲੇਕਿਨ ਇਸ ਵੇਲੇ ਪੂਰੇ ਪਾਕਿਸਤਾਨ ਵਿੱਚ ਦਫਾ 144 ਜਿਹੜਾ ਹੈ ਉਹ ਨਾਫਿਜ਼ ਹੈ। ਪੂਰੇ ਸਿੰਧ ਦੀ ਮੈਂ ਗੱਲ ਕਰਾਂ ਤਾਂ ਸਿੰਧ ਵਿੱਚ ਕਰਫਿਊ ਨਾਫਿਜ਼ ਹੈ ਤਕਰੀਬਨ 2 ਹਫ਼ਤੇ ਤੋਂ ਅਸੀਂ ਵੇਖ ਰਹੇ ਹਾਂ। ਲੇਕਿਨ ਇਸ ਵੇਲੇ 3 ਸੂਬਿਆਂ ਵਿੱਚ ਲੋਕਡਾਊਨ ਹੈ, ਅਤੇ ਸ਼ਹਿਰੀਆਂ 'ਤੇ ਦਫਾ 144 ਨਾਫਿਜ਼ ਕੀਤਾ ਗਿਆ ਹੈ। ਇੱਕ ਕੋਸ਼ਿਸ਼ ਹਕੂਮਤ ਦੀ ਇਹ ਹੈ ਕਿ ਇਸ ਚੀਜ਼ ਨੂੰ ਜਿਸ ਤਰ੍ਹਾਂ ਵੀ ਕੰਟਰੋਲ ਕਰਨ ਦੀ ਹਕੂਮਤ ਇੱਕ ਕੋਸ਼ਿਸ਼ ਕਰ ਰਹੀ ਹੈ। ਨਾਲ ਨਾਲ ਸੋਚਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮਾਂ ਵਿੱਚ ਕਰਫਿਊ ਦੇ ਵੀ ਚਾਂਸਿਸ ਲੱਗ ਰਹੇ ਨੇ ਪੂਰੇ ਪਾਕਿਸਤਾਨ ਵਿੱਚ। ਪਾਕਿਸਤਾਨ ਤੋਂ ਹਰਮੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ। ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ ਚ ਅਨਬਨ, ਵਿਦੇਸ਼ ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ ਵਿੱਚ ਸਮਾਧਾਨ। ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।